ਹੁਣ ਹੋਇਆ ਕਿ ਜਦੋਂ ਅੱਖਾਂ ਖੋਲੀਆਂ ਨਾ ਆ ਹੁਣੇ ਪਿਆਰਿਆਂ ਨਾਲ ਗੱਲਾਂ ਚੱਲ ਰਹੀਆਂ ਸਨ ਕਿ ਜਦੋਂ ਮਾਤਾ ਦੇ ਪੇਟ ਵਿੱਚ ਸੀ ਅੱਖਾਂ ਬੰਦ ਸੀ ਸਿਮਰਨ ਚੱਲ ਰਿਹਾ ਸੀ ਮਾਤ ਗਰਮ ਮੈਂ ਆਪਨ ਸਿਮਰਨ ਦੇ ਤੈਂ ਤੁਮ ਰੱਖਣ ਹਰੇ ਪਰ ਜਦੋਂ ਹੀ ਅੱਖਾਂ ਖੋਲੀਆਂ ਕਨੈਕਸ਼ਨ ਕਟਿਆ ਗਿਆ ਨਿਰੰਕਾਰ ਵਿਸਰ ਗਿਆ ਤੇ ਸੰਸਾਰ ਦਿਸਣ ਲੱਗ ਪਿਆ ਉਹਨੋਂ ਸੰਸਾਰ ਕਿਦਾਂ ਦੇ ਸਿਆ ਦਿਮਾਗ ਦੇ ਰਾਹੀ ਕਿਉਂਕਿ ਉਹ ਜਿਹੜੇ ਆ ਨੌ ਦੁਆਰੇ ਨੇ ਇਹ ਇਹ ਜੁੜੇ ਤਾਂ ਮੰਨ ਦੇ ਰਾਹੀ ਹੋਏ ਨੇ ਮਨ ਨੇ ਕਿਹਾ ਅੱਖਾਂ ਖੋਲ ਖੁੱਲ ਗਈਆਂ ਮਨ ਨੇ ਕਿਹਾ ਉਹ ਕੰਨ ਲਾ ਕੇ ਸੁਣ ਕੰਨ ਉਸ ਵੇਲੇ ਉਸੇ ਵੇਲੇ ਉਸ ਪਾਸੇ ਹੋ ਗਏ ਮਨ ਨੇ ਆਖਿਆ ਆ ਚੀਜ਼ ਚੁੱਕ ਕੇ ਇੱਥੇ ਰੱਖ ਹੱਥ ਉਸੇ ਵੇਲੇ ਚੁੱਕ ਕੇ ਰੱਖਦੇ ਮਨ ਨੇ ਆਖਿਆ ਵੀ ਇਸ ਪਾਸੇ ਤੁਰ ਜਾ ਉਸੇ ਵੇਲੇ ਪੈਰ ਤੁਰ ਪਏ ਮਾਨੇ ਆਖਿਆ ਆ ਬੋਲ ਬੋਲਦੇ ਉਸੇ ਵੇਲੇ ਬੋਲ ਦਿੱਤੇ ਹੁਣ ਹੋਇਆ ਕੀ ਅੱਖਾਂ ਖੁੱਲਦਿਆਂ ਸਾਰ ਹੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਅਮਰ ਦਾ ਮਤਲਬ ਹੁਕਮ ਵਰਤਾ ਦਿੱਤਾ ਮਾਇਆ ਨੇ ਆਪਣਾ ਮਾਇਆ ਦਾ ਅਰਥ ਹੁੰਦਾ ਤ੍ਰੈ ਗੁਣੀ ਰਜ ਗੁਣ ਤਮ ਗੁਣ ਸਤ ਗੁਣ ਇਹ ਤਿੰਨਾਂ ਨੂੰ ਇਕੱਠਾ ਕਰੋ ਤੇ ਸ਼ਬਦ ਮਾਇਆ ਬਣਦਾ ਅਸੀਂ ਆ ਚੰਦ ਨੋਟਾਂ ਨੂੰ ਡਾਲਰ ਨੂੰ ਪਾਉਂਡ ਨੂੰ ਇਹਨੂੰ ਮਾਇਆ ਕਹਿੰਦੇ ਆ ਇਹ ਮਾਇਆ ਨਹੀਂ ਹੈ ਇਹ ਸਾਡੇ ਵੱਲੋਂ ਬਣਾਈ ਹੋਈ ਕਰੰਸੀ ਹੈ ਇਹ ਬੰਦੇ ਨੇ ਬਣਾਈਆਂ ਪਾਉਂਡ ਕਿਹਨੇ ਬਣਾਇਆ ਰੱਬ ਨੇ ਬਣਾਇਆ ਡਾਲਰ ਕਿਹਨੇ ਬਣਾਇਆ ਰੁਪਈਏ ਕਿਹਨੇ ਬਣਾਇਆ ਰੱਬ ਨੇ ਬਣਾਇਆ ਇਹ ਤੇ ਬੰਦੇ ਨੇ ਬਣਾਏ ਆ ਕਰੰਸੀ ਹੈ ਅੱਜ ਹੋਰ ਹੈ ਕੱਲ ਹੋਰ ਹੋ ਜਾਏਗੀ ਪਰ ਜਿਹੜੀ ਮਾਇਆ ਇਹ ਰੱਬ ਨੇ ਬਣਾਈਆਂ ਅਜ ਗੁਣ ਤਮ ਗੁਣ ਸਤ ਗੁਣ ਵਾਲੀ ਮਾਇਆ ਇਹ ਰੱਬ ਜੀ ਨੇ ਬਣਾਈਆਂ ਇਸੇ ਮਾਇਆ ਨੇ ਜੋਰ ਪਾ ਦਿੱਤਾ ਮਨ ਤੇ ਹੁਣ ਮਨ ਕੀ ਸੀ ਮਨ ਜੋਤ ਦਾ ਸਰੂਪ ਸੀ ਇਹ ਆਇਆ ਸੀ ਨਾਮ ਦਾ ਰਸ ਲੈਣ ਲਈ ਮਨ ਆਇਆ ਸੀ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਲਈ ਆਇਆ ਸੀ ਪਰ ਮਨ ਕੁਰਾਹੇ ਬਹਿ ਗਿਆ ਮਤ ਉਦਾਂ ਦੀ ਹੋ ਗਈ ਜਦੋਂ ਮਾਇਆ ਵੀ ਪੜਦਾ ਪੈ ਗਿਆ ਮਤ ਉਦਾਂ ਦੀ ਹੋ ਗਈ ਤੇ ਮਨ ਕੁਰਾਹੇ ਬਹਿ ਗਿਆ ਮਹਾਰਾਜ ਨੇ ਕਿਹਾ ਮਨ ਰੇ ਕੌਣ ਕੁ ਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਾ ਕੀਨੀ ਤੈਨੂੰ ਭੇਜਿਆ ਤਾਂ ਭਗਤੀ ਵਾਸਤੇ ਸੀ ਪਰ ਤੁਰ ਹੋਰ ਪਾਸੇ ਪਿਆ ਕਾਜ ਕਿਵੇਂ ਪੂਰਾ ਹੋਣਾ ਸੀ ਮਨ ਤੁਰ ਪਿਆ ਮੜੀਆਂ ਵੱਲ ਮਨ ਤੁਰ ਪਿਆ ਮਸਾਣਾ ਵੱਲ ਮਨ ਤੁਰ ਪਿਆ ਦੇ ਧਾਰੀਆਂ ਵੱਲ ਮਨ ਤੁਰ ਪਿਆ ਤੀਰਥਾਂ ਵੱਲ ਮਨ ਨੇ ਆਖਿਆ ਮਨ ਕਾਮਨਾ ਤੀਰਥ ਦੇ ਛੁਟੇ ਗਰਭ ਗੁਮਾਨਾ ਮਨ ਤੇ ਹਟੇ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਹੁਣ ਮਨ ਚੰਚਲ ਹੋ ਗਿਆ ਜਦੋਂ ਬੱਚੇ ਨੇ ਜਨਮ ਲਿਆ ਸੀ ਨਾ ਠੀਕ ਹੈ ਮਾਇਆ ਵੀ ਪੜਦਾ ਜ਼ਰੂਰ ਪਿਆ ਪਰ ਉਹਦਾ ਅੰਦਰ ਹਜੇ ਵਾਸ ਸੀ ਭਾਵ ਉਹਦੇ ਅੰਦਰ ਹਜੇ ਝੂਠ ਵਿਕਾਰਾਂ ਦੀ ਮਲ ਨਹੀਂ ਸੀ ਲੱਗੀ ਪਰ ਜਿਵੇਂ ਜਿਵੇਂ ਬੱਚਾ ਵੱਡਾ ਹੋਇਆ ਇਹਦਾ ਮਨ ਚੰਚਲ ਹੋਣਾ ਸ਼ੁਰੂ ਹੋ ਗਿਆ ਜਦੋਂ ਚੰਚਲ ਹੋਇਆ ਚਤਰਾਇਆਂ ਕਰਨ ਲੱਗ ਗਿਆ ਚਲਾਕੀਆਂ ਕਰਨ ਲੱਗ ਗਿਆ ਸਿਆਣਪਾਂ ਇਕਠੀਆਂ ਕਰਨ ਲੱਗ ਗਿਆ ਤੇ ਮਾਰਾ ਹੀ ਨੇ ਆਖਿਆ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਨ ਤੂੰ ਧਿਆਨ ਲਾ ਕੇ ਸੁਣ ਲੈ ਇਹ ਚੰਚਲਤਾ ਨਾਲ ਕਾਰਜ ਨਹੀਂ ਪੂਰਾ ਹੋਣਾ ਬਾਹਰ ਦੇ ਕੰਮ ਤਾਂ ਤੂੰ ਠੱਗੀਆਂ ਮਾਰ ਕੇ ਪੂਰੇ ਕਰ ਲੇਗਾ ਝੂਠ ਬੋਲ ਕੇ ਕਰ ਲੇਗਾ ਹੇਰਾ ਫੇਰੀਆਂ ਕਰਕੇ ਕਰ ਲੇਗਾ ਝੂਠੀਆਂ ਗਵਾਹੀਆਂ ਦੇ ਕੇ ਕੰਮ ਬਣਾ ਲੇਗਾ ਪਰ ਉਹ ਜਿਹੜਾ ਕਾਰਜ ਹੈ ਉਥੇ ਝੂਠੀਆਂ ਗਵਾਹੀਆਂ ਨਹੀਂ ਚਲਣੀਆਂ ਉਥੇ ਕੂੜ ਨਹੀਂ ਚੱਲਣਾ ਉਥੇ ਸੱਚ ਚੱਲਣਾ ਤੇ ਤੂੰ ਕੂੜ ਦੀ ਜ਼ਿੰਦਗੀ ਜਿਉਣਾ ਮਨ ਕੂੜ ਵਾਲੇ ਰਸਤੇ ਉੱਤੇ ਤੁਰ ਪਿਆ ਇਹਨੂੰ ਸਮਝਾਇਆ ਫਿਰ ਇਹਨੂੰ ਹਲੂਣਾ ਦਿੱਤਾ ਇਹਨੂੰ ਗੁਰੂ ਬਾਣੀ ਰਾਹੀਂ ਆਵਾਜ਼ਾ ਦਿੱਤਾ ਗਿਆ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਤੇਰੇ ਕਾਰਜ ਨੂੰ ਪੂਰਨ ਕਰਨ ਦਾ ਆ ਵੇਲਾ ਹੈ ਤੇ ਜੇ ਆ ਕਾਮ ਸਮਾ ਤੇਰੇ ਹੱਥੋਂ ਨਿਕਲ ਗਿਆ ਫਿਰ ਇਹ ਕੰਮ ਨਹੀਂ ਪੂਰਾ ਹੋਣਾ ਕਾਜ ਨਹੀਂ ਪੂਰਾ ਹੋਣਾ ਫਿਰ ਤੂੰ ਅਧੂਰਾ ਐ ਅਧੂਰਈ ਚਲਾ ਜਾਏਗਾ ਜੇ ਤੂੰ ਪੂਰਾ ਹੋਣਾ ਚਾਹੁੰਨਾ ਤੇ ਫਿਰ ਆ ਕਾਰਜ ਕਰ ਪਰ हे ਮਨ ਆ ਵੇਲਾ ਨਾ ਆਪਣੇ ਹੱਥੋਂ ਖੁੰਝਾ ਜੇ ਇਹ ਵੇਲਾ ਹੱਥੋਂ ਖੁੰਝ ਗਿਆ ਤੇ ਇਹ ਸਮਾ ਤੇਰੇ ਹੱਥ ਵਾਪਸ ਨਹੀਂ ਆਏਗਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਐ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਤਨ ਦੇ ਆ ਤਨ ਦੇ ਤਾਂ ਉਦੋਂ ਤੱਕ ਹੈ ਜਦੋਂ ਤੱਕ ਸਾਹ ਚੱਲਦਾ ਹੈ ਹੁਣ ਮਨ ਨੂੰ ਕਿੰਨੇ ਤਰ੍ਹਾਂ ਤਰੀਕੇ ਨਾਲ ਸਮਝਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਇਸਾਰਨਾ ਅੰਗੀਕਾਰ ਉਹੋ ਕਰੇ ਤੇਰਾ ਕਰਜ ਸਭ ਸਵਾਰਨਾ ਮਾਰੇ ਕਹਿੰਦੇ ਤੇਰੇ ਸਾਰੇ ਕਾਰਜ ਪੂਰੇ ਹੋ ਜਾਣਗੇ ਜਦੋਂ ਉਹ ਤੈਨੂੰ ਅੰਗੀਕਾਰ ਕਰੇਗਾ ਅੰਗੀਕਾਰ ਕਦੋਂ ਕਰੇਗਾ ਜਦੋਂ ਤੂੰ ਉਹਦੇ ਨੇੜੇ ਹੋਏਗਾ ਹੁਣ ਮਨ ਨੂੰ ਜਦੋਂ ਮਾੜਾ ਜਿਹਾ ਵੀ ਰਸਤੇ ਤੋਂ ਮਨ ਭਟ ਗਿਆ ਨਾ ਤੇ ਹੋਇਆ ਕਿ ਕਹਿੰਦੇ ਆ ਨਾ ਨਜ਼ਰ ਹਟੀ ਤੇ ਦੁਰਘਟਨਾ ਘਟੀ ਅੱਜ ਕੱਲ ਲਿਖਿਆ ਹੁੰਦਾ ਤੇ ਘਟਨਾ ਘਟ ਗਈ ਮਾੜਾ ਜਿਹਾ ਵੀ ਮਨ ਨੇ ਨਿਰੰਕਾਰ ਵਾਲੇ ਪਾਸਿਓਂ ਦੀ ਹਟਾਇਆ ਉਸੇ ਵੇਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਪਕੜ ਲਿਆ ਉਹ ਪਹਿਲੇ ਹੀ ਧਾਲਾ ਆ ਕੇ ਬੈਠੇ ਸਨ ਕਿ ਕਦੋਂ ਇਹਦਾ ਧਿਆਨ ਹਟੇ ਤੇ ਕਾਬੂ ਕਰ ਲਈਏ ਅਸੀਂ ਕਹਿੰਨੇ ਆ ਜੀ ਨਿਤਨੇਮ ਕਰਦੇ ਆ ਪਾਠ ਕਰਦੇ ਆ ਸਿਮਰਨ ਕਰਦੇ ਆ ਸਾਡਾ ਧਿਆਨ ਨਹੀਂ ਇਸ ਪਾਸੇ ਲੱਗਦਾ ਉਹ ਜਿਨ੍ਹਾਂ ਨੇ ਕਾਬੂ ਕੀਤਾ ਉਹ ਲੱਗਣ ਹੀ ਨਹੀਂ ਦਿੰਦੇ ਕਿਉਂਕਿ ਦੁਸ਼ਮਨ ਕਦੇ ਚਾਹੁੰਦਾ ਏ ਕਿ ਜਿਹਨੂੰ ਅਸੀਂ ਕਾਬੂ ਕੀਤਾ ਹੋਇਆ ਉਹ ਸਾਡੇ ਵਾਸਤੇ ਜ਼ਹਿਰ ਇਕੱਠੀ ਕਰੇ ਦੁਸ਼ਮਨ ਕਦੇ ਨਹੀਂ ਚਾਹੁੰਦਾ ਵੀ ਇਹ ਇਹ ਉਹ ਕੰਮ ਕਰੇ ਜਿਹਦੇ ਨਾਲ ਸਾਡਾ ਨੁਕਸਾਨ ਹੋਵੇ ਇਸ ਲਈ ਨਿਤਨੇਮ ਨਾਲ ਕਦੇ ਉਹ ਜੁੜਨ ਹੀ ਨਹੀਂ ਦਿੰਦੇ ਸਿਮਰਨ ਕਰਨ ਹੀ ਨਹੀਂ ਦਿੰਦੇ ਬਾਰ ਬਾਰ ਧਿਆਨ ਭਟਕਦਾ ਹੈ ਕਿਉਂ ਕਿਉਂਕਿ ਇਸ ਦੇਹੀ ਦੇ ਅੰਦਰ ਇਸ ਮਨ ਨੂੰ ਪੰਜਾਂ ਨੇ ਕਾਬੂ ਕਰ ਲਿਆ ਹੁਣ ਕਾਬੂ ਤਾਂ ਇਹਨਾਂ ਨੇ ਕਰ ਲਿਆ ਪਰ ਛਡਾਉਣਾ ਔਖਾ ਹੋ ਗਿਆ ਆਪਣਾ ਆਪਾ ਯਤਨ ਬੜਾ ਕੀਤਾ ਤਪਸਵੀ ਤਪ ਕਰਦੇ ਕਰਦੇ ਹਾਰ ਗਏ ਜੋਗੀ ਜੋਗ ਸਾਧਨਾ ਕਰਦੇ ਕਰਦੇ ਹਾਰ ਗਏ ਹਠੀ ਹੱਠ ਧਾਰ ਕੇ ਬੈਠੇ ਰਹੇ ਹਾਰ ਗਏ ਪਰ ਸੰਨਿਆਸੀ ਸਨਿਆਸ ਲੈ ਕੇ ਹਾਰ ਗਏ ਪਰ ਉਹ ਮਨ ਨੂੰ ਵਿਕਾਰਾਂ ਤੋਂ ਛੁਡਾ ਨਹੀਂ ਸਕੇ ਤੇ ਗੁਰੂ ਸਾਹਿਬ ਨੇ ਕਿਹਾ ਕਹਿੰਦੇ ਤੂੰ ਅਰਦਾਸ ਕਰ ਜਦੋਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਤੇ ਉੱਥੇ ਅਰਦਾਸ ਕਰਨੀ ਸੀ ਰੋਕ ਕੇ ਕਾਮ ਕਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵਾ ਨਾਨਕ ਪ੍ਰਭ ਸਰਨਾ ਗਤੀ ਕਰ ਪ੍ਰਸਾਦ ਗੁਰਦੇਵ ਤੇ ਗੁਰਦੇਵ ਜੀ ਸਾਡੇ ਤੇ ਕਿਰਪਾ ਕਰਦੇ ਹੋ ਇਨਾਂ ਤੋਂ ਸਾਨੂੰ ਤੁਸੀਂ ਛਡਵਾ ਲਓ ਤਾਂ ਕਿ ਮਨ ਆਪਣਾ ਕਾਰਜ ਸਮੇਸਰ ਕਰ ਸਕੇ ਫਿਰ ਅਸੀਂ ਬੇਨਤੀ ਕਰਨੀ ਸੀ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ اے ਮਹਾਰਾਜੀ ਤੁਸੀਂ ਆਪ ਹੀ ਛਡਾਓ ਇਨਾਂ ਤੋਂ ਅਸੀਂ ਇਸ ਦੇ ਜਾਲ ਵਿੱਚ ਫਸ ਗਏ ਆ ਇਸ ਲਈ ਮਹਾਰਾਜ ਨੇ ਆਖਿਆ ਵੀ ਇਹ ਮਨ ਰਾਹੀ ਹੀ ਸਾਰੇ ਕਾਰਜ ਹੋਣਿਆ ਬੜੀਆਂ ਨੇ ਗੁਰਬਾਣੀ ਵਿੱਚ ਵਿਚਾਰਾਂ ਬੜੇ ਪਰਮਾਨੰਨੇ ਜਿਹੜੇ ਮਨ ਦੇ ਪਰਥਾਏ ਨੇ ਮਨ ਨੂੰ ਹਲੂਣਾ ਦਿੱਤਾ ਮਨ ਨੂੰ ਆਵਾਜ਼ ਦਿੱਤੀ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਤੂੰ ਐਸਾ ਕਾਮੀ ਮੁੱਢ ਤੋਂ ਨਾ ਕਰ ਜਿਹਦੇ ਕਰਕੇ ਬਾਅਦ ਵਿੱਚ ਪਛਤਾਉਣਾ ਪਏ ਪਰ ਮਨ ਕੁਮਾਰਗ ਤੇ ਪੈ ਗਿਆ ਭੇੜੇ ਮਾਰਗ ਤੇ ਪੁੱਠੇ ਰਾਹ ਪੈ ਗਿਆ ਇਹ ਕਾਮੀ ਹੋ ਗਿਆ ਕਰੋਧੀ ਹੋ ਗਿਆ ਲੋਭੀ ਹੋ ਗਿਆ ਹੰਕਾਰੀ ਹੋ ਗਿਆ ਵਿਕਾਰੀ ਹੋ ਗਿਆ ਜਿਸ ਮਨ ਨੂੰ ਸਬਰ ਸੰਤੋਖ ਚਾਹੀਦਾ ਸੀ ਜਿਸ ਮਨ ਨੂੰ ਧਰਮ ਦੇ ਗੁਣ ਚਾਹੀਦੇ ਸਨ ਉਹ ਸਤਿਗੁਰੂ ਮਹਾਰਾਜ ਜੀ ਨੇ ਦੇਖੋ ਗੁਰੂ ਕਲਗੀ ਧਰਪਾਤਸ਼ਾ ਨੇ ਪੰਜਾਂ ਪਿਆਰਿਆਂ ਦੀ ਚੋਣ ਕੈਸੇ ਕਮਾਲ ਤਰੀਕੇ ਨਾਲ ਕੀਤੀ ਹੈ ਸਭ ਕਹਿੰਦੇ ਜਿੰਨਾ ਚਿਰ ਦਇਆ ਵਾਲਾ ਗੁਣ ਨਹੀਂ ਨਾ ਅੰਦਰ ਆਉਣਾ ਤੁਸੀਂ ਧਰਮੀ ਹੋ ਜਾਓਗੇ ਭੁੱਲ ਜਾਓ ਧਰਮੀ ਹੋ ਹੀ ਨਹੀਂ ਸਕਦੇ ਅਸੀਂ ਕਹਿੰਦੇ ਹਾਂ ਨਹੀਂ ਅੰਦਰ ਭਾਵੇਂ ਸਾਡੇ ਦਇਆ ਦਾ ਗੁਣ ਹੋਵੇ ਨਾ ਹੋਵੇ ਧਰਮੀ ਜ਼ਰੂਰ ਬਣਨਾ ਹੈ ਪਰ ਮਹਾਰਾਜ ਕਹਿੰਦੇ ਦਇਆ ਤੋਂ ਬਿਨਾ ਧਰਮੀ ਨਹੀਂ ਬਣਿਆ ਜਾ ਸਕਦਾ ਜੇ ਮਾਂ ਹੀ ਨਹੀਂ ਹੋਏਗੀ ਤੇ ਪੁੱਤ ਦਾ ਜਨਮ ਕਿੱਥੋਂ ਹੋਏਗਾ ਤੇ ਜੇ ਮਾਂ ਹੈ ਤਾਂ ਹੀ ਪੁੱਤ ਦਾ ਜਨਮ ਹੋਇਆ ਤੌਲ ਧਰਮ ਦਇਆ ਦਾ ਪੂਤ ਇਹ ਦਇਆ ਦਾ ਪੁੱਤਰ ਹੈ ਧਰਮ ਤੇ ਜੇ ਦਇਆ ਹੀ ਨਹੀਂ ਹੋਏਗੀ ਧਰਮ ਕਿੱਥੋਂ ਆਜੇਗਾ ਸਭ ਕਹਿੰਦੇ ਆਓ ਜਿਹੜੀ ਅੱਜ ਚੋਣ ਕਰਨੀ ਹੈ ਇਹਦੇ ਵਿੱਚ ਪਹਿਲਾ ਰੱਖਣਾ ਹੀ ਭਾਈ ਦਇਆ ਸਿੰਘ ਨੂੰ ਹੈ ਮਾਰੇ ਕਹਿੰਦੇ ਦਇਆ ਦੇਆ ਦੇ ਰੂਪ ਵਿੱਚ ਹੀ ਧਰਮ ਨੂੰ ਪ੍ਰਗਟ ਕਰਨਾ ਹੈ ਤੇ ਜਦੋਂ ਧਰਮ ਪ੍ਰਗਟ ਹੋਏਗਾ ਫਿਰ ਹਿੰਮਤ ਆਏਗੀ ਤੇ ਜਦੋਂ ਹਿੰਮਤ ਆਏਗੀ ਧਰਮ ਦੇ ਰਾਹ ਤੇ ਤੁਰਨ ਦੀ ਤਾਂ ਹੀ ਤੁਸੀਂ ਮੋਹਕਮ ਮੋਹ ਦੀਆਂ ਜੰਜੀਰਾਂ ਤੋੜ ਸਕਦੇ ਹੋ ਜੇ ਹਿੰਮਤ ਨਹੀਂ ਹੋਏਗੀ ਤੇ ਮੋਹ ਦੀਆਂ ਜੰਜੀਰਾਂ ਕਿੱਥੋਂ ਟੁੱਟ ਜਾਣਗੀਆਂ ਜੇ ਹਿੰਮਤ ਨਹੀਂ ਹੋਏਗੀ ਤੇ ਗੁਲਾਮੀ ਦੀਆਂ ਜੰਜੀਰਾਂ ਕਿੱਥੋਂ ਤੋੜ ਦੇਾਂਗੇ ਅਸੀਂ ਮਹਾਰਾਜ ਕਹਿੰਦੇ ਫਿਰ ਜਿਨੇ ਹਿੰਮਤ ਕਰਕੇ ਮੋਹ ਦੀਆਂ ਜੰਜੀਰਾਂ ਤੋੜਤੀਆਂ ਸਾਹਿਬ ਵੀ ਉਹੀ ਬਣੇਗਾ ਸਾਹਿਬੀ ਵੀ ਉਦੋਂ ਕਦਮਾਂ ਵਿੱਚ ਹੈ ਉਹੀ ਸਾਹਿਬ ਬਣ ਸਕਦਾ ਹੈ ਇਹ ਗੁਣ ਦਿੱਤੇ ਸਨ ਪਰ ਮਨ ਕੀ ਹੋਇਆ ਜਿੱਥੇ ਇਹਨੇ ਦਇਆ ਧਰਮ ਦਾ ਗੁਣ ਲੈਣਾ ਸੀ ਉਥੇ ਇਹ ਕਾਮ ਤੇ ਕ੍ਰੋਧ ਵਾਲਾ ਅਵਗਣ ਲੈ ਕੇ ਬਹਿ ਗਿਆ ਇਹਨੇ ਸਤ ਸੰਤੋਖ ਦਇਆ ਧਰਮ ਵਾਲਾ ਗੁਣ ਲੈਣਾ ਸੀ ਇਸ ਲਈ ਹੁਣ ਮਨ ਨੂੰ ਇਹਨਾਂ ਵਿਕਾਰਾਂ ਤੋਂ ਛਡਾਉਣ ਲਈ ਸਾਨੂੰ ਗੁਰਬਾਣੀ ਦਿੱਤੀ ਹੈ ਤੁਸੀਂ ਇਸ ਗੁਰਬਾਣੀ ਦਾ ਅਭਿਆਸ ਕਰਕੇ ਮਨ ਨੂੰ ਆਵਾਜ਼ਾਂ ਦੇਈ ਚੱਲੋ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਜੇ ਤੂੰ ਸੱਚ ਦੀ ਸੰਭਾਲ ਕਰੇਂਗਾ ਕਾਂ ਕਾਰਜ ਪੂਰਾ ਹੋਣਾ ਆ ਜਿਹੜਾ ਤੂੰ ਕਟੰਬ ਦੇਖਦਾ ਪਿਆ ਨਾ ਇਹ ਤੇਰੇ ਨਾਲ ਨਹੀਂ ਚੱਲਣਾ ਸਾਥ ਨਾ ਚੱਲੈ ਬਿਨ ਬਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕ ਏ ਧੰਨ ਸਾਰ ਮਨ ਨੇ ਨਾਮ ਦਾ ਧੰਨ ਲੈ ਕੇ ਚੱਲਣਾ ਸੀ ਮਨ ਨੇ ਅੰਮ੍ਰਿਤ ਦਾ ਰਸ ਪੀ ਕੇ ਲੈ ਕੇ ਚੱਲਣਾ ਸੀ ਹੁਣ ਮਨ ਵਿੱਚ ਗੰਦਗੀ ਇਕੱਠੀ ਹੋ ਗਈ ਜੜੀ ਸੀ ਉਹ ਨਾੜੀਆਂ ਬਲੌਕ ਹੋ ਗਈਆਂ ਅੱਗੇ ਹੁਣ ਜਿੰਦ ਤੱਕ ਜਾਣ ਵਾਸਤੇ ਰਾਹ ਕੋਈ ਨਹੀਂ ਮਿਲਿਆ ਕਿਉਂਕਿ ਇੱਥੇ ਮੱਸੀਆ ਦੀ ਰਾਤ ਬਣ ਗਈ ਅਸੀਂ ਪੂਰਨਮਾਸ਼ੀ ਦੇ ਦਿਨ ਮਨਾਉਂਦੇ ਰਹੇ ਪਰ ਅੰਦਰ ਤੇ ਮੱਸੀਆ ਹੀ ਬਣੀ ਰਹੀ ਮਾਰੇ ਨੀ ਆਖਿਆ ਨਾ ਬਾਹਰ ਦੀ ਸਹਿ ਚਾਂਦਣਾ ਦਿਲ ਅੰਧਿਆਰੀ ਰਾਤ ਉਹ ਰਾਤ ਹੀ ਤਾਂ ਦੂਰ ਕਰਨੀ ਸੀ ਆਪਣੇ ਅੰਦਰ ਦੀ ਉਹ ਕਿਵੇਂ ਹੋਣੀ ਸੀ ਆ ਗੁਰਬਾਣੀ ਦੀ ਰੋਸ਼ਨੀ ਵਿੱਚ ਹੁਣ ਮਨ ਕੀ ਹੋ ਗਿਆ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋ ਆਸ਼ਾ ਇਹ ਕਾਲੀ ਸ਼ਾਈ ਵੰਗੂ ਕਾਲਾ ਹੋ ਗਿਆ ਇਹਨੂੰ ਧੋ ਕੇ ਉਜਲ ਕਰਨਾ ਸੀ ਉਜਲ ਕੌਣ ਹੋਇਆ ਜਿੰਨੀ ਨਾਮ ਤੇ ਆਇਆ ਜਿਨ੍ਹਾਂ ਨੇ ਨਾਮ ਤੇ ਆਇਆ ਹੈ ਤੋਂ ਕਬੀਰ ਸਾਹਿਬ ਜੀ ਇਸ ਬਾਵਨ ਅਖਰੀ ਦੇ ਰੂਪ ਵਿੱਚ ਅੱਜ ਜਿਹੜਾ ਅੱਖਰ ਉਹਨਾਂ ਨੇ ਵਰਤਿਆ ਹੈ ਮੰਮਾ ਮਾਂ ਅੱਖਰ ਮਾਂ ਅੱਖਰ ਦੇ ਰਾਹੀਂ ਮਨ ਨੂੰ ਦੇ ਰਾਹੀਂ ਸਮਝਾਉਂਦੇ ਪਏ ਆ ਕਹਿੰਦੇ ਮੰਮਾ ਮਨ ਸਿਓ ਕਾਜ ਹੈ ਜਿਹੜਾ ਕਾਰਜ ਅਸੀਂ ਪੂਰਾ ਕਰਨਾ ਹੈ ਨਾ ਗੋਬਿੰਦ ਨੂੰ ਮਿਲਣ ਦਾ ਇਹ ਜਨਮ ਸਾਡਾ ਲੇਖੇ ਵਿੱਚ ਲੱਗ ਜਾਏ ਪਰਮੇਸ਼ਵਰ ਦੇ ਮਲਾਪ ਦਾ ਉਹ ਮਨ ਦੇ ਰਾਹੀਂ ਕਾਰਜ ਹੋਣਾ ਪਰ ਕਿਵੇਂ ਹੋਣਾ ਮਨ ਸਾਦੇ ਜਦੋਂ ਮਨ ਨੂੰ ਆਪਾਂ ਸਾਧ ਲਵਾਂਗੇ ਮਨ ਨੂੰ ਅਸੀਂ ਕਾਬੂ ਵਿੱਚ ਕਰ ਲਾਂਗੇ ਤੇ ਮਨ ਕਾਬੂ ਕਰਨਾ ਸੌਖਾ ਨਹੀਂ ਹੈ ਮਹਾਰਾਜ ਕਹਿੰਦੇ ਮਨ ਜੀਤੈ ਜਗ ਜੀਤੈ ਅਸੀਂ ਕਹਿੰਨੇ 10 ਲੱਖ 11 ਲੱਖ 50 ਹਜ਼ਾਰ 10 ਹਜ਼ਾਰ ਦੀ ਫੌਜ ਐ ਪਰ ਇੱਥੇ ਤੇ ਮਨ ਨੂੰ ਜਿੱਤਣ ਲਈ ਸਾਰੀ ਦੁਨੀਆ ਇੱਕ ਪਾਸੇ ਹੋ ਜਾਏ ਮਨ ਜੀਤਾ ਜਗ ਜੀਤ ਸਾਰੇ ਜੱਗ ਨੂੰ ਜਿੱਤਣਾ ਇਧਰ ਮਨ ਨੂੰ ਜਿੱਤਣਾ ਇੱਕ ਇੱਕ ਮਨ ਨੂੰ ਜਿੱਤਣਾ ਤੇ ਸਾਰੇ ਜੱਗ ਨੂੰ ਜਿੱਤਣਾ ਇਸ ਲਈ ਮਨ ਨੂੰ ਸਾਧਣਾ ਜਦੋਂ ਅਸੀਂ ਮਨ ਨੂੰ ਸਾਧ ਦਾ ਮਤਲਬ ਹੈ ਸਿੱਧੇ ਮਾਰਗ ਤੇ ਪਾ ਦੇਾਂਗੇ ਸਿੱਧੇ ਰਾਹ ਪਾਵਾਂਗੇ ਪਰ ਗੁਰਬਾਣੀ ਤੋਂ ਬਿਨਾ ਨਹੀਂ ਪਹਿਣਾ ਉਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਗੁਰੂ ਦੇ ਰਾਹੀ ਗੁਰੂ ਦੀ ਬਾਣੀ ਰਾਹੀ ਗਿਆਨ ਰਾਹੀ ਰੋਸ਼ਨੀ ਦੇ ਰਾਹੀ ਜਦੋਂ ਮਨ ਨੂੰ ਸਿੱਧੇ ਮਾਰਗ ਤੇ ਪਾਇਆ ਸਿੱਧ ਹੋਏ ਸਿੱਧ ਦੇ ਧਦੇ ਨੂੰ ਸਿਹਰੀ ਸਿੱਧੀ ਸਿੱਧੀ ਦਾ ਅਰਥ ਹੈ ਸਫਲਤਾ ਸਿੱਧੀ ਦਾ ਅਰਥ ਹੈ ਕਾਮਯਾਬੀ ਕਿਸੇ ਨੇ ਡਾਕਟਰ ਬਣਨਾ ਸੀ ਇੱਕ ਦਿਨ ਡਾਕਟਰ ਬਣ ਗਿਆ ਉਹਨੂੰ ਕਹਿੰਦੇ ਆ ਉਹ ਸਿੱਧ ਸਿੱਧੀ ਪਾ ਲਈ ਕਾਮਯਾਬੀ ਪਾ ਲਈ ਉਨੂੰ ਪੁੱਛਿਆ ਵੀ ਕਿਵੇਂ ਬਣਿਆ ਉਹ ਕਹਿੰਦੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਸੇ ਨੇ ਵਕੀਲ ਬਣਨਾ ਸੀ ਉਹ ਕਹਿੰਦਾ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਕਬੀਰ ਸਾਹਿਬ ਕਹਿੰਦੇ ਮਨ ਜਿੱਦਨ ਸਾਧਿਆ ਨਾ ਤੇ ਇਹਨੇ ਸਿੱਧੀ ਪਾ ਲਈ ਤੇ ਇਹ ਕੰਮ ਸੌਖਾ ਨਹੀਂ ਸੀ ਇਹ ਇੱਕ ਅਵਕਟ ਘਾਟੀ ਰਾਮ ਕੀ ਇਹ ਅਵਕਟ ਘਾਟੀ ਸੀ ਕਦੇ ਚੜ੍ਹਾਈ ਆ ਜਾਂਦੀ ਸੀ ਤੇ ਕਦੇ ਉਤਰਾਈ ਆ ਜਾਂਦੀ ਸੀ ਕਦੇ ਮਨ ਚੜਦਾ ਚੜਦਾ ਥੱਕ ਜਾਂਦਾ ਸੀ ਤੇ ਕਦੇ ਫਿਸਲਣ ਦਾ ਡਰ ਰਹਿਦਾ ਸੀ ਇੱਕ ਪਾਸੇ ਖਾਈ ਹੁੰਦੀ ਸੀ ਡਰ ਹੁੰਦਾ ਸੀ ਵੀ ਕਿਤੇ ਡਿੱਗ ਨਾ ਜਾ ਆ ਜਪਜੀਤ ਸਾਹਿਬ ਦੀ ਪਿਛਲੇ ਦਿਨੀ ਜ਼ਿਕਰ ਕੀਤਾ ਸੀ 38 ਪੌੜੀਆਂ ਨੇ ਜਪਜੀਤ ਸਾਹਿਬ ਦੀਆਂ ਤੇ 38 ਪੌੜੀਆਂ ਦਾ ਪਾਠ ਕਰਦੇ ਕਰਦੇ ਮਨ 38000 ਥਾਵਾਂ ਤੇ ਘੁੰਮ ਕੇ ਆ ਜਾਂਦਾ ਪਰ ਉਹ 38 ਪੌੜੀਆਂ ਵਿੱਚ ਮਨ ਟਿਕਦਾ ਨਹੀਂ ਇੱਕ ਪੌੜੀ ਦਾ ਪਾਠ ਕੀਤਾ ਮਨ ਕਹਿੰਦਾ ਥੱਕ ਗਿਆ ਬਸ ਹੋਰ ਨਹੀਂ ਹੋਣਾ ਚੜਾਈ ਸੀ ਨਾ ਤੇ ਜਦੋਂ ਉਤਰਨ ਲੱਗਾ ਦੂਜੀ ਪੌੜੀ ਤੇ ਐਸਾ ਫਿਸਲਿਆ ਪਤਾ ਨਹੀਂ ਕਿੱਥੇ ਨਿਕਲ ਗਿਆ ਇਹ ਅਬਕਟ ਘਾਟੀ ਹੈ ਕਦੇ ਸੁਰ ਧਿਆਨ ਲੱਗ ਜਾਂਦਾ ਹੈ ਕਦੇ ਖਿੰਡ ਜਾਂਦਾ ਹੈ ਇਹ ਸਾਰੀ ਖੇਡ ਮਨ ਦੇ ਰਹੀ ਹੈ ਇਸ ਲਈ ਮੰਮਾ ਮਨ ਸਿਓ ਕਾਜ ਹੈ ਮਨ ਸਾਦੇ ਸਿੱਧ ਹੋਏ ਮਨ ਨੂੰ ਸਿੱਧਾ ਕਰਨਾ ਹੈ ਮਨ ਜਦੋਂ ਸਿੱਧਾ ਤੁਰ ਪਿਆ ਆਪੇ ਸਿੱਧੀ ਮਿਲ ਜਾਣੀ ਹੈ ਮਨ ਹੀ ਮਨ ਸਿਓ ਕਹੇ ਕਬੀਰਾ ਕਬੀਰ ਸਾਹਿਬ ਕਹਿੰਦੇ ਮੈਂ ਆਪਣੇ ਮਨ ਰਾਹੀਂ ਹੀ ਆਪਣੇ ਮਨ ਨੂੰ ਸਮਝਾ ਰਿਹਾ ਆਪਣੇ ਮਨ ਨੂੰ ਸਮਝਾ ਰਿਹਾ ਕਿ ਮਨਾ ਤੇਰੇ ਤੋਂ ਬਿਨਾ ਹੋਰ ਕੋਈ ਦੂਜਾ ਐਸਾ ਨਹੀਂ ਜਿਹੜਾ ਇਹ ਕੰਮ ਕਰ ਸਕੇ ਕਿਉਂਕਿ ਇਕ ਤੂੰ ਹੀ ਹੈ ਮੈਂ ਦੁਨੀਆ 'ਚ ਦੇਖ ਲਿਆ ਕੋਈ ਦੂਜਾ ਨਹੀਂ ਜਿਹੜਾ ਆਹ ਕਾਰਜ ਪੂਰਾ ਕਰ ਸਕੇ ਇਸ ਲਈ ਮਨ ਸਾ ਮਿਲਿਆ ਨਾ ਕੋਏ ਸਾ ਮਨੇ ਮਨ ਵਰਗਾ ਕੋਈ ਹੋਰ ਦੂਜਾ ਨਹੀਂ ਹੈ ਜਿਹੜਾ ਆ ਕਾਰਜ ਪੂਰਾ ਕਰ ਸਕੇ ਮਨ ਤੋਂ ਬਗੈਰ ਹੋਰ ਕੋਈ ਐਸਾ ਨਹੀਂ ਜਿਹੜਾ ਇਸ ਕਾਰਜ ਨੂੰ ਪੂਰਾ ਕਰਵਾ ਸਕੇ ਇੱਕ ਮਨ ਹੀ ਹੈ ਤਾਂ ਹੀ ਤੇ ਬਾਣੀ ਚ ਬਾਰ ਬਾਰ ਮਨ ਨੂੰ ਆਵਾਜ਼ ਦਿੰਦੀ ਹੈ ਮਨ ਨੂੰ ਹਲੂਣਾ ਦਿਤੈ ਮਨ ਨੂੰ ਸਮਝਾਇਆ ਕਿਉਂਕਿ ਮਨ ਵਰਗਾ ਹੋਰ ਕੋਈ ਹੈ ਹੀ ਨਹੀਂ ਪਰ ਇਹ ਮਨ ਸਾਡਾ ਡਾਵਾ ਡੋਲ ਹੁੰਦਾ ਤਾਂ ਹੀ ਤੇ ਆਖਿਆ ਸੀ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰਜਨਹਾਰ ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ ਤੇ ਜਦੋਂ ਇਹਨੇ ਆਸਰਾ ਹੀ ਨਾ ਲਿਆ ਇਹ ਮਨ ਫਿਰ ਡੋਲ ਜਾਂਦਾ ਹੈ ਇਹ ਮਨ ਸ਼ਕਤੀ ਇਹ ਮਨ ਸੀਓ ਕਬੀਰ ਜੀ ਕਹਿੰਦੇ ਇਹ ਮਨ ਸ਼ਕਤ ਅੱਜ ਸੰਸਾਰ ਵਿੱਚ ਦੋ ਹੀ ਪਾਵਰਾਂ ਕੰਮ ਕਰਦੀਆਂ ਨੇ ਇੱਕ ਨਿਰੰਕਾਰ ਦੀ ਤੇ ਇੱਕ ਆ ਸੰਸਾਰ ਦੀ ਜਿਹੜੀ ਮਾਇਆ ਵੀ ਸੰਸਾਰ ਹੈ ਇਹ ਕਹਿੰਦੇ ਨੇ ਆ ਮਨ ਮਾਇਆ ਵੀ ਸ਼ਕਤੀ ਵਿੱਚ ਕਦੇ ਫਸ ਜਾਂਦਾ ਹੈ ਮਾਇਆ ਦੀ ਸ਼ਕਤੀ ਮਾਇਆ ਦਾ ਅਸਰ ਇਹਦੇ ਤੇ ਹੋ ਜਾਂਦਾ ਹੈ ਤੇ ਕਦੇ ਇਹ ਮਨ ਸ਼ਿਵ ਦੇ ਸ਼ਿਵ ਦਾ ਅਰਥ ਪਰਮੇਸ਼ਵਰ ਹੈ ਸ਼ਿਵ ਦਾ ਅਰਥ ਨਿਰੰਕਾਰ ਹੈ ਇਸ ਲਈ ਸਾਬ ਜੀ ਕਹਿੰਦੇ ਆ ਆ ਚੁਪਈ ਸਾਹਿਬ ਦਾ ਪਾਠ ਜਿਹੜੀਆਂ ਸੰਗਤਾਂ ਕਰਦੀਆਂ ਨੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਿਵ ਦਾ ਅਰਥ ਕੀਤਾ ਉਹਦੇ ਵਿੱਚ ਮਹਾਰਾਜ ਕਹਿੰਦੇ ਭਲੇਖਾ ਹੀ ਪੈ ਗਿਆ ਮਹਾਦੇਵ ਕੋ ਕਹਿਤ ਸਦਾ ਸ਼ਿਵ ਅਸੀਂ ਸ਼ਿਵ ਕਹਿਣਾ ਜਿਨੂੰ ਅਸੀਂ ਕਹਿ ਜਿਨੂੰ ਰਹੇ ਆ ਸ਼ਿਵ ਸ਼ਕਤੀ ਹੈ ਪਾਵਰ ਹੈ ਆ ਸਾਨੂੰ ਤਾਰਾਂ ਦੇਖ ਦੀਆਂ ਨੇ ਤਾਰਾਂ ਚ ਕਰੰਟ ਕੋਈ ਨਹੀਂ ਦੇਖਦਾ ਪਰ ਤਾਰਾਂ ਕੰਮ ਨਹੀਂ ਕਰ ਰਹੀਆਂ ਤਾਰਾਂ ਵਿੱਚ ਕਰੰਟ ਗੰਮ ਕਰ ਰਿਹਾ ਪਰ ਅਸੀਂ ਕਰੰਟ ਨੂੰ ਨਹੀਂ ਅਸੀਂ ਤਾਰਾਂ ਨੂੰ ਵੇਖ ਕੇ ਹੀ ਵਾਵਾ ਗਰੀ ਜੰਨੇ ਆ ਪਰ ਜੇ ਵਿੱਚ ਕਰੰਟ ਹੀ ਨਹੀਂ ਹੋਏਗਾ ਕੱਲੀਆਂ ਤਾਰਾਂ ਕੀ ਕਰ ਲੈਣਗੀਆਂ ਉਹ ਤਾਕਤ ਹੈ ਜਿਹੜੀ ਵਿੱਚ ਕੰਮ ਕਰ ਰਹੀ ਹੈ ਕਨ ਕੁਦਰਤ ਚੱਲ ਰਹੀ ਕਹਿੰਦੇ ਜੀ ਬੀਜ ਪਾਇਆ ਸੀ ਪੁੰਗਰ ਗਿਆ ਉਹ ਕਿਹੜੀ ਤਾਕਤ ਸੀ ਜਿਹਦੇ ਨਾਲ ਪੁੰਗਰ ਗਿਆ ਕੋਈ ਤਾਂ ਕੁਦਰਤ ਵਿੱਚ ਤਾਕਤ ਕੰਮ ਕਰ ਰਹੀ ਹੈ ਨਾ ਜਿਹਦੇ ਨਾਲ ਬੀਜ ਪੁੰਗਰ ਗਿਆ ਉਹ ਤਾਕਤ ਨੂੰ ਹੀ ਪਰਮੇਸ਼ਵਰ ਕਹਿੰਦੇ ਆ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹੀਂ ਪੇਵ ਉਹਦਾ ਭੇਦ ਨਾ ਜਾਣਿਆ ਇਹ ਮਨ ਕਦੇ ਸ਼ਿਵ ਦੇ ਗੁਣ ਗਾਉਣ ਲੱਗ ਜਾਂਦਾ ਹੈ ਭਾਵੇਂ ਪਰਮੇਸ਼ਵਰ ਦੇ ਤੇ ਕਦੇ ਮਨ ਮਾਇਆ ਦੀ ਤਾਕਤ ਹੇਠ ਆ ਜਾਂਦਾ ਹੈ ਇਹ ਮਨ ਪੰਜ ਤਤ ਕੋ ਜਿਓ ਇਹ ਜਿਹੜਾ ਮਨ ਹੈ ਨਾ ਇਹ ਪੰਜ ਤਤਾਂ ਦੀ ਹੋਂਦ ਹੈ ਪੰਜ ਤਤ ਜਿਹੜੇ ਸਾਡੇ ਪੰਜ ਤਤਾਂ ਦਾ ਸਰੀਰ ਬਣਿਆ ਹੈ ਤਾਂ ਹੀ ਤੇ ਇਹ ਮਨ ਦੀ ਹੋਂਦ ਹੈ ਜੇ ਪੰਜ ਤਤ ਖਿੰਡ ਜਾਣਗੇ ਤੇ ਮਨ ਦੀ ਹੋਂਦ ਖਤਮ ਹੋ ਜਾਏਗੀ ਇਸ ਲਈ ਕਰਮ ਵੀ ਮਨ ਨਾਲ ਹੀ ਬਣਨਾ ਇਹ ਵੀ ਧਿਆਨ ਰੱਖਿਓ ਅਸੀਂ ਸਰੀਰ ਕਰਕੇ ਕਹਿੰਦੇ ਹਾਂ ਜੀ ਬੜਾ ਪਾਠ ਕੀਤਾ ਬੜੀ ਮਾੜਾ ਫੇਰ ਲਈ ਬੜਾ ਦਾਨ ਪੁੰਨ ਕਰ ਲਿਆ ਤੇ ਜੇ ਵਿੱਚ ਮਨ ਸ਼ਾਮਲ ਨਹੀਂ ਹੋਇਆ ਤੇ ਕਰਮ ਤਾਂ ਬਣਿਆ ਹੀ ਨਹੀਂ ਕਰਮ ਤਾਂ ਬਣਿਆ ਹੀ ਨਹੀਂ ਜੇ ਕਰਮ ਨਹੀਂ ਬਣਿਆ ਤੇ ਫਲ ਕਿੱਥੋਂ ਮਿਲਣਾ ਸੀ ਅਸੀਂ ਧਰਤੀ ਤੋਂ ਕਹਿੰਦੇ ਆ ਪਾਣੀ ਵੀ ਪਾ ਦਿੱਤਾ ਖਾਦ ਵੀ ਪਾ ਦਿੱਤੀ ਪਰ ਵਿੱਚੋਂ ਨਿਕਲਿਆ ਕੁਝ ਨਹੀਂ ਬੀਜ ਤਾਂ ਪਾਇਆ ਨਹੀਂ ਨਿਕਲਣਾ ਕੀ ਸੀ ਇਕੱਲੀ ਖਾਦ ਨੇ ਕੰਮ ਨਹੀਂ ਸੀ ਕਰਨਾ ਕਦੇ ਪਾਣੀ ਨੇ ਕੰਮ ਨਹੀਂ ਸੀ ਕਰਨਾ ਪੁੰਗਰਨਾ ਤੇ ਬੀਜ ਨੇ ਸੀ ਜੋ ਸਾਡੇ ਦਿਮਾਗ ਵਿੱਚ ਹੈ ਉਹ ਕਰਮ ਬਣਨਾ ਹੈ ਬਾਹਰੋਂ ਸ਼ਰੀਰ ਨੇ ਕਰਮ ਨਹੀਂ ਬਣਾਉਣਾ ਕਰਮ ਬਣਨਾ ਮਨ ਦੇ ਰਾਹੀਂ ਤੇ ਚੰਗੇ ਕੰਮ ਕਰਨ ਲੱਗਿਆਂ ਮਨ ਸ਼ਾਮਲ ਨਹੀਂ ਹੁੰਦਾ ਮਨ ਸ਼ਾਮਲ ਹੁੰਦਾ ਬੁਰੇ ਕੰਮ ਕਰਨ ਲੱਗਿਆਂ ਇਸ ਲਈ ਬੁਰੇ ਕੰਮ ਕਰਦੇ ਆ ਨਤੀਜੇ ਵੀ ਬੁਰੇ ਨਿਕਲਦੇ ਆ ਫਿਰ ਅਸੀਂ ਕਹਿੰਨੇ ਜੀ ਅਸੀਂ ਤਾਂ ਚੰਗਾ ਹੀ ਬੜਾ ਕੀਤਾ ਸੀ ਪਰ ਸਾਨੂੰ ਫਲ ਮਾੜਾ ਮਿਲਿਆ ਅਸਲ ਵਿੱਚ ਅੰਦਰ ਦਿਮਾਗ ਵਿੱਚ ਸੋਚਿਆ ਮਾੜਾ ਹੋਵੇਗਾ ਪਲੈਨਿੰਗ ਮਾੜੀ ਕੀਤੀ ਹੋਏਗੀ ਮਨ ਚ ਖੋਟ ਹੋਏਗੀ ਕਿਉਂਕਿ ਫਲ ਕਰਮ ਬਣਨਾ ਹੈ ਮਨ ਦੇ ਤਲ ਤੇ ਮਨ ਜੋ ਹਰਕਤ ਕਰੇਗਾ ਉਹ ਕਰਮ ਬਣ ਕੇ ਫਲ ਮਿਲਣਾ ਹੈ ਤਾਂ ਹੀ ਤੇ ਆਖਿਆ ਸੀ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰਗ ਬੁੱਧ ਬਾਦੇ ਕਿਉਂ ਪਾਠ ਵੀ ਪੜਿਆ ਬੜੇ ਤਰੀਕੇ ਵੀ ਅਪਣਾ ਲਏ ਫਿਰ ਹੰਕਾਰ ਤੋਂ ਪਿੱਛਾ ਕਿਉਂ ਨਹੀਂ ਛੁੜਿਆ ਕਿਉਂਕਿ ਮਨ ਨਹੀਂ ਵਿੱਚ ਕਰਮ ਨਹੀਂ ਬਣਿਆ ਹਰ ਸਮੇਂ ਦੇ ਦਾਇਰੇ ਵਿੱਚ ਰਹਿ ਕੇ ਜ਼ਿਕਰ ਕਰਾਂ ਇਹ ਪੰਜ ਤਤਾਂ ਦੇ ਸਮੇਲ ਕਰਕੇ ਹੀ ਮਨ ਹੈ ਇਹ ਮਨ ਲੇ ਜਦੋਂ ਇਸ ਮਨ ਨੂੰ ਕਾਬੂ ਕਰ ਲਾਂਗੇ ਆਪਾਂ ਜਦੋਂ ਇਹ ਮਨ ਮੰਨ ਜਾਏਗਾ ਰਾਜੀ ਹੋ ਜਾਏਗਾ ਨਾਮ ਵਿੱਚ ਜੁੜਨ ਵਾਸਤੇ ਐਸਾ ਨਾਮ ਨਰਿੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਜਦੋਂ ਇਹ ਮਨ ਰਾਜੀ ਹੁਣ ਇਹ ਵੀ ਧਿਆਨ ਰੱਖਿਓ ਮਨ ਜਦੋਂ ਰਾਜੀ ਹੋ ਜਾਏਗਾ ਨਾ ਸੱਚ ਦੇ ਰਾਹ ਤੇ ਤੁਰਨ ਲਈ ਉਦੋਂ ਫਿਰ ਜਿਹੜੇ ਤੁਹਾਡੇ ਆਸ-ਪਾਸ ਦੇ ਲੋਕ ਨੇ ਉਹ ਤੁਹਾਡੇ ਤੋਂ ਖੁਸ਼ ਨਹੀਂ ਹੋਣਗੇ ਤੁਸੀਂ ਦੁਨੀਆ ਨਾਲ ਰਲ ਕੇ ਚੱਲ ਰਹੇ ਹੋ ਦੁਨੀਆ ਤੁਹਾਨੂੰ ਵਾਵਾ ਕਹਿੰਦੀ ਹੈ ਤੁਸੀਂ ਦੁਨੀਆ ਦੇ ਉਲਟ ਹੋ ਕੇ ਸੱਚ ਬੋਲਣ ਕੇ ਚੱਲੋ ਦੁਨੀਆ ਤੁਹਾਡੇ ਖਿਲਾਫ ਹੋ ਜਾਏਗੀ ਕਬੀਰ ਜੀ ਕਹਿੰਦੇ ਨੇ ਜਦੋਂ ਮੇਰਾ ਮਨ ਮੰਨਿਆ ਨਾ ਤੇ ਮੈਂ ਲੋਕਾਂ ਨੂੰ ਆਖਿਆ ਵੀ ਮੇਰਾ ਤੇ ਮਨ ਮੰਨ ਗਿਆ ਮੈਂ ਹੁਣ ਇਹ ਕੰਮ ਨਹੀਂ ਕਰਨੇ ਜਿਹੜੇ ਤੁਸੀਂ ਕਰਦੇ ਹੋ ਤੇ ਲੋਕ ਨਹੀਂ ਖੁਸ਼ ਹੋਏ ਤੇ ਕਬੀਰ ਜੀ ਕਹਿੰਦੇ ਹੁਣ ਨਹੀਂ ਹੋਏ ਤੇ ਕਿ ਮੈਂ ਆਪਣੇ ਬੇੜੀ ਚ ਬੱਟੇ ਕਿਉਂ ਪਾਵਾਂ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤਉ ਕਿਆ ਕੀਜੈ ਮੈਂ ਹੁਣ ਇਸ ਕੂੜ ਦਾ ਰਸਤਾ ਨਹੀਂ ਅਪਣਾਉਣਾ ਮੈਂ ਸੱਚ ਦਾ ਰਸਤਾ ਅਪਣਾਇਆ ਤੇ ਸੱਚ ਦੇ ਰਾਹ ਤੁਰਨਾ ਹੈ ਇਹ ਮਨ ਲੇ ਜਦੋਂ ਇਸ ਮਨ ਨੂੰ ਕਾਬੂ ਕਰ ਲਿਆ ਗੁਰਬਾਣੀ ਦੇ ਰਾਹੀ ਪਰਮੇਸ਼ਵਰ ਦੇ ਨਾਮ ਸਿਮਰਨ ਦੇ ਰਾਹੀ ਜੋ ਉਨ ਮਨ ਰਹੈ ਤੇ ਜਦੋਂ ਇਹ ਮਨ ਵਸ ਵਿੱਚ ਆ ਕੇ ਉਸ ਪਿਆਰੇ ਦੇ ਰੰਗ ਵਿੱਚ ਰੰਗਿਆ ਗਿਆ ਜਦੋਂ ਇਹਦੇ ਅੰਦਰ ਨਾਮ ਦੀ ਖੁਮਾਰੀ ਬਣ ਗਈ ਜਦੋਂ ਇਹ ਨਾਮ ਦੀ ਰੰਗਤ ਇਹਦੇ ਅੰਦਰ ਆ ਗਈ ਫਿਰ ਇਹ ਮਨ ਦੁਨੀਆਵੀ ਬੋਲ ਨਹੀਂ ਬੋਲਦਾ ਫਿਰ ਇਹ ਮਨ ਇਹ ਕਾਮੀ ਕਰੋਦੀ ਲੋਭੀ ਹੰਕਾਰੀ ਹੋ ਕੇ ਨਹੀਂ ਬੋਲਦਾ ਫਿਰ ਇਹ ਮਨ ਕੂੜ ਦੀ ਬੋਲੀ ਨਹੀਂ ਬੋਲਦਾ ਫਿਰ ਤਉ ਤੀਨ ਲੋਕ ਕੀ ਬਾਤਾਂ ਗਰਹਿ ਫਿਰ ਤਿੰਨਾ ਲੋਕਾਂ ਵਿੱਚ ਜਿਹੜਾ ਵਰਤ ਰਿਹਾ ਪਰਮੇਸ਼ਵਰ ਹੈ ਨਾ ਉਸ ਪਰਮੇਸ਼ਵਰ ਦੀਆਂ ਇਹ ਮਨ ਬਾਤਾਂ ਕਰਦਾ ਹੈ ਤੇਰੇ ਮਨ ਕੂੜ ਨਹੀਂ ਬੋਲਦਾ ਕਈ ਵਾਰੇ ਵੀ ਦਾਸ ਨੇ ਹੱਥ ਜੋੜ ਬੇਨਤੀ ਕੀਤੀ ਹੈ ਇਹ ਸਾਡੇ ਮਨ ਦੀ ਹਾਲਤ ਵੇਖ ਲਓ ਕਿੰਨੀ ਮਾੜੀ ਹੈ ਜਿਹੜੇ ਮੁਖ ਤੋਂ ਬਾਣੀ ਪੜ੍ਹਦੇ ਆ ਉਸੇ ਮੁਖ ਤੋਂ ਗੰਦਲੇ ਬੋਲ ਬੋਲਦੇ ਆ ਜਿਹੜੇ ਮੁਖ ਤੋਂ ਵਾਹਿਗੁਰੂ ਕਹਿੰਨੇ ਆ ਉਸੇ ਮੁਖ ਤੋਂ ਅਸੀਂ ਭੈੜੇ ਬੋਲ ਬੋਲਦੇ ਆ ਇਹਦਾ ਮਤਲਬ ਮਨ ਅਜੇ ਅੰਦਰ ਕਾਬੂ 'ਚ ਨਹੀਂ ਆਇਆ ਮਨ ਨੂੰ ਪਤਾ ਹੀ ਨਹੀਂ ਮੈਂ ਮੁਖ ਤੋਂ ਬੁਲਾਇਆ ਕੀ ਹੈ ਤੇ ਮੈਂ ਅੰਦਰੋਂ ਬੋਲ ਕੀ ਰਿਹਾ ਪਵਿੱਤਰ ਬੋਲ ਮੂੰਹ 'ਚੋਂ ਨਿਕਲੇ ਆ ਪਰ ਮਨ ਅੰਦਰੋਂ ਅੰਦਰੋਂ ਕਢਵਾਉਂਦਾ ਕੁਝ ਹੋਰ ਪਿਆ ਹੈ ਪਰ ਜਿਸ ਦਿਨ ਮਨ ਕਾਬੂ ਵਿੱਚ ਆ ਜਾਏਗਾ ਜਿਸ ਦਿਨ ਮਨ ਗੁਰਬਾਣੀ ਦੇ ਵਸ ਆ ਜਾਏਗਾ ਉਸ ਦਿਨ ਫਿਰ ਇਹ ਬਾਤਾਂ ਮਾਇਆ ਵੀ ਸੰਸਾਰੀ ਦੁਨਿਆਵੀ ਊੜਦੀਆਂ ਨਹੀਂ ਕਰੇਗਾ ਉਸ ਦਿਨ ਫਿਰ ਇਹ ਬਾਤਾਂ ਪਰਮੇਸ਼ਵਰ ਦੀਆਂ ਕਰੇਗਾ ਉਸ ਦਿਨ ਫਿਰ ਇਹ ਨਿਰੰਕਾਰ ਦੀਆਂ ਬਾਤਾਂ ਕਰੇਗਾ ਉਸ ਦਿਨ ਕਹੇਗਾ ਕਿ ਜਿਸ ਦਿਨ ਫਿਰ ਮਨ ਵੱਸ ਆ ਗਿਆ ਨਾ ਤੇ ਜੇ ਕੋਈ ਨਿਤਨੇਮ ਕਰਕੇ ਉਹਨੂੰ ਬੁਲਾ ਰਿਹਾ ਤੇ ਉਹ ਕਹੇਗਾ ਵੀ ਤੂੰ ਚੁੱਪ ਰਹਿ ਪਹਿਲਾਂ ਮੈਨੂੰ ਨਿਤਨੇਮ ਕਰ ਲੈਂਦੇ ਉਹ ਕਹੇਗਾ ਗੁਰੂ ਦਵਾਰੇ ਆਏ ਆ ਨਿੰਦਾ ਕਰਨ ਨਹੀਂ ਆਏ ਚੁਗਲੀ ਕਰਨੀ ਆਏ ਮਾਲਕ ਦੇ ਗੁਣ ਗਾਣ ਆਏ ਆ ਕਿਉਂਕਿ ਇਹ ਬਾਤਾਂ ਫਿਰ ਨਿਰੰਕਾਰ ਦੀਆਂ ਕਰਦਾ ਅਕਾਲੀ ਫੂਲਾ ਸਿੰਘ ਨਿਤਨੇਮ ਕਰ ਰਏ ਸੀ ਜਾਪ ਸਾਹਿਬ ਦਾ ਪਾਠ ਚੱਲ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਸਨਿਆ ਭੇਜਿਆ ਵੀ ਅਕਾਲੀ ਫੂਲਾ ਸਿੰਘ ਨੂੰ ਸੱਦ ਕੇ ਲਿਆਓ ਉਹਨਾਂ ਇਸ਼ਾਰਾ ਕੀਤਾ ਵੀ ਔਨਾ ਠਹਿਰ ਕੇ ਸਮਾਂ ਲੰਘ ਗਿਆ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਸਨਿਆ ਭੇਜਿਆ ਫਿਰ ਨਹੀਂ ਆਏ ਨਿਤਨੇਮ ਦਾ ਜਾਪ ਕੀਤਾ ਅਰਦਾਸਾ ਸੋਧ ਕੇ ਤੇ ਤੁਰੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਆਏ ਦਰਬਾਰ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਅਕਾਲੀ ਫੂਲਾ ਸਿੰਘ ਮੈਂ ਤਿੰਨ ਵਾਰ ਸੰਨੀਆਂ ਭੇਜਿਆ ਇੰਨੀ ਦੇਰ ਕਿਉਂ ਉਹ ਕਹਿੰਨ ਲੱਗੇ ਮਹਾਰਾਜਾ ਜਦੋਂ ਮੈਂ ਨਿਤਨੇਮ ਕਰਦਾ ਹਵਾਂ ਨਾ ਉਦੋਂ ਮੇਰਾ ਰਾਜਾਨ ਰਾਜ ਹੋਰ ਹੈ ਜਦੋਂ ਮੈਂ ਪਾਠ ਕਰਦਾ ਹਵਾਂ ਨਾ ਉਦੋਂ ਫਿਰ ਮੇਰਾ ਇੱਕੋ ਹੀ ਮਹਾਰਾਜਾ ਹੈ ਉਹ ਹੈ ਕਲਗੀਧਰ ਪਾਤਸ਼ਾਹ ਇੱਕੋ ਹੀ ਮਹਾਰਾਜਾ ਹੈ ਉਹ ਹੈ ਅਕਾਲ ਪੁਰਖ ਹੁਣ ਮੈਂ ਆਪਣਾ ਨਿਤਨੇਮ ਕਰ ਲਿਆ ਤੇਰੇ ਦਰਬਾਰ ਚ ਆਇਆ ਤੂੰ ਮਹਾਰਾਜਾ ਹੁਣ ਤੂੰ ਦੱਸ ਕੀ ਕੰਮ ਹੈ ਇਸ ਲਈ ਮਨ ਜਦੋਂ ਨਾਮ ਨਾਲ ਜੁੜ ਗਿਆ ਤੇਰੇ ਬਾਤਾਂ ਵੀ ਨਿਰੰਕਾਰ ਦੀਆਂ ਕਰੇਗਾ ਵਾਹਿਗੁਰੂ ਜੀ ਮਿਹਰ ਕਰਨ ਸਤਗੁਰੂ ਮਿਹਰ ਕਰਨ ਬੜੀਆਂ ਵਿਚਾਰਾਂ ਮਨ ਦੇਰ ਪਰ ਥਾਏ ਗੁਰਬਾਣੀ ਵਿੱਚ ਸਾਨੂੰ ਸਮਝਾਈਆਂ ਪਰ ਜਿੰਨੀ ਕੁ ਮਤ ਮੇਰੇ ਮਾਲਕ ਨੇ ਦਿੱਤੀ ਉਸ ਮਤ ਅਨੁਸਾਰ ਆਪ ਜੀ ਦੇ ਨਾਲ ਕਬੀਰ ਸਾਹਿਬ ਜੀ ਦੇ ਇਨਾਂ ਪਾਵਨ ਬਚਨਾਂ ਦੇ ਆਸਰੇ ਇਹ ਵਿਚਾਰ ਦੀ ਸਾਂਝ ਪਾਉਣ ਦਾ ਯਤਨ ਕੀਤਾ ਹੈ ਵਿਚਾਰ ਕਰਦਿਆਂ ਬਾਣੀ ਪੜਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਸਤਿਗੁਰੂ ਪਾਤਸ਼ਾਹ ਬਖਸ਼ ਦੇਣ ਸਾਨੂੰ ਇਹ ਸਮਝ ਆ ਜਾਏ ਕਿ ਸਾਡਾ ਜਿਹੜਾ ਅਸਲ ਕਾਰਜ ਹੈ ਉਹ ਮਨ ਦੇ ਰਾਹੀ ਪੂਰਾ ਹੋਣਾ ਹੈ ਇਸ ਮਨ ਨੂੰ ਸਾਧਣ ਵਾਸਤੇ ਮਨ ਨੂੰ ਸਿੱਧੇ ਰਾਹ ਤੇ ਪੌਰਣ ਵਾਸਤੇ ਗੁਰਬਾਣੀ ਦਾ ਅਭਿਆਸ ਕਰੋ ਨਿਤਨੇਮੀ ਬਣੋ ਤਾਕੀ ਸਾਡਾ ਮਨ ਸਿੱਧੇ ਮਾਰਗ ਤੇ ਪੈ ਕੇ ਇਹ ਫਿਰ ਨਿਰੰਕਾਰ ਦੇ ਨਾਮ ਦਾ ਰਸ ਲੈ ਕੇ ਚੱਲੇ ਉਹਨੂੰ ਕਹਿੰਦੇ ਆ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪੜ ਮੱਲਿਆ ਗੁਰੂ ਪਾਤਸ਼ਾਹ ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ ਭੁੱਲ ਚੁੱਕਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ